ਇਹਦੇ ਵਿੱਚ ਇੱਕ ਐਕਸਟਰਾ ਐਨਰਜੀ ਸੀ ਅਤੇ ਇਸ ਨੌਜਵਾਨ ਦੇ ਚਲੇ ਜਾਣ ਨਾਲ ਪਰਿਵਾਰਾਂ ਨੂੰ ਜਾਂ ਰਿਸ਼ਤੇਦਾਰਾਂ ਨੂੰ ਤਾਂ ਬੜਾ ਵੱਡਾ ਘਾਟਾ ਹੁੰਦਾ, ਪਰ ਇੱਕ ਆਉਣ ਵਾਲੀ ਪੀੜ੍ਹੀ ਜਿਹੜੀ ਪਰਿਵਾਰ ਦੀ ਹੁੰਦੀ ਆ, ਇੱਕ ਜਿਵੇਂ ਅਕਾਲੀ ਦਲ ਦਾ ਇੱਕ ਮੁੱਢ ਸੀ ਅਤੇ ਅਕਾਲੀ ਦਲ ਦੇ ਮਤਲਬ ਕਿ ਨੌਜਵਾਨਾਂ ਦੇ ਵਿੱਚ ਇੱਕ ਮੈਨੂੰ ਲੱਗਦਾ ਵੀ ਨੌਜਵਾਨਾਂ ਲਈ ਇੱਕ ਉਹ ਇਹੋ ਜਿਹਾ ਚਿਹਰਾ ਸੀ ਵੀ ਉਹ ਤੋਂ ਸਿੱਖਣ ਨੂੰ ਬਹੁਤ ਕੁਛ ਮਿਲਦਾ ਸੀ ਨੌਜਵਾਨਾਂ ਲਈ, ਅਤੇ ਉਹਦਾ ਅੱਜ ਚਲੇ ਜਾਣਾ ਜਿੱਥੇ ਪਰਿਵਾਰ ਲਈ ਤਾਂ ਹੈ ਹੀ ਆ, ਪਰ ਸ਼੍ਰੋਮਣੀ ਅਕਾਲੀ ਦਲ ਦੇ ਹਰ ਇਨਸਾਨ ਲਈ, ਕਿਉਂਕਿ ਵਿੱਕੀ ਇੱਕ ਚੰਡੀਗੜ੍ਹ ਦੇ ਵਿੱਚ ਬੈਠਾ ਹੋਇਆ, ਜੇ ਪੰਜਾਬ ਯੂਨੀਵਰਸਿਟੀ 'ਚ ਕੋਈ ਗੱਲ ਹੁੰਦੀ ਸੀ ਤਾਂ ਹਮੇਸ਼ਾ ਉਹਦਾ ਨਾਂ ਪਹਿਲੇ ਦੇ ਨੰਬਰ 'ਤੇ ਆਉਂਦਾ ਸੀ। ਜੇ ਪੰਜਾਬ ਯੂਨੀਵਰਸਿਟੀ, ਕਿਉਂਕਿ ਨੌਰਥ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਆ, ਜੇ ਇਲੈਕਸ਼ਨ ਸ਼ੁਰੂ ਹੋਏ ਜੇ ਸੋਈ ਸਟੂਡੈਂਟ ਵਿੰਗ ਅਕਾਲੀ ਦਲ ਦਾ ਬਣਿਆ ਤਾਂ ਮੈਨੂੰ ਲੱਗਦਾ ਬੜੀ ਵੱਡੀ ਮਾਣ ਵਾਲੀ ਗੱਲ ਹੋਣੀ ਆ। ਬਈ ਯੂਪੀ ਦੇ ਵਿੱਚ ਸਰਕਾਰਾਂ ਦੂਜੀਆਂ ਹੋਣ ਦੇ ਬਾਵਜੂਦ, ਸੈਂਟਰ ਦੇ ਥੱਲੇ ਹੋਣ ਦੇ ਬਾਵਜੂਦ ਵੀ ਸੋਈ ਨੇ 2-3 ਵਾਰੀ ਜਿੱਤਾਂ ਪ੍ਰਾਪਤ ਕੀਤੀਆਂ। ਜਦੋਂ ਰਮਾਣਾ ਸਾਹਿਬ ਸੋਈ ਦੇ ਇੰਚਾਰਜ ਸੀ, ਵਿੱਕੀ ਨੂੰ ਚੰਡੀਗੜ੍ਹ ਦਾ ਇੰਚਾਰਜ ਲਾਇਆ ਸੀਗਾ ਇਹਨਾਂ ਨੇ, ਤਾਂ ਉਦੋਂ ਵੀ ਜਿੱਤਾਂ ਪ੍ਰਾਪਤ ਕੀਤੀਆਂ। ਜਿਹੜੇ ਉਹ ਸਮਾਂ ਸੀ ਯਾਰ, ਇਸ ਦੇਖੋ ਦੇਖੋ ਆਪਾਂ ਕਹਿੰਦੇ ਵੀ ਲੋਕ ਕਿਉਂ ਬਾਹਰ ਜਾ ਰਹੇ ਨੌਜਵਾਨ, ਜਦੋਂ ਇੱਥੇ ਸੇਫ ਨਹੀਂ ਤਾਂ ਬਾਹਰ ਹੀ ਜਾਣਾ ਜਵਾਨੀ ਆ। ਆਹ ਤਾਂ ਸਰਕਾਰਾਂ ਦੀ ਮਿਲਕੀ, ਖਾਸ ਕਰਕੇ ਜਿਹੜੀ ਆਹ ਸਰਕਾਰ ਆ ਇਹਦੀ ਤਾਂ ਬਹੁਤ ਵੱਡੀ ਮਿਲਕੀ ਆ, ਕਿਉਂਕਿ ਇਹਨਾਂ ਨੇ ਮੈਨੂੰ ਲੱਗਦਾ ਵੀ ਜੋ ਝੂਠ ਮਾਰਿਆ ਇਹਨਾਂ ਨੇ ਨੌਜਵਾਨਾਂ, ਇਹਨਾਂ ਦਾ ਇਸ ਸਰਕਾਰ ਨੂੰ ਸਮਾਜਾ ਭੁਗਤਿਆ। ਕਲਚਰ ਜਿਹੜਾ ਹੈਗਾ ਉਹ ਪ੍ਰਮੋਟ ਹੋ ਰਿਹਾ ਹੈਗਾ, ਵੇਖੋ ਸ਼ਰੇਆਮ ਜਿਹੜੀ ਹੈਗੀ ਉਸ ਤੋਂ ਬਾਅਦ ਜ਼ਿੰਮੇਵਾਰੀ ਲਈ ਜਾਂਦੀ ਹੈਗੀ, ਸਾਰਾ ਦੇਖਿਆ ਉਹ ਸਾਰੇ ਵੀ ਹੱਥ ਪੁਲਿਸ ਦੇ ਖਾਂਦੀ ਹੈ ਕੀ ਦੇਖ। ਯਾਰ ਇਹਦੇ 'ਚ ਸਭ ਤੋਂ ਵੱਡੀ ਨਲੈਕੀ ਆ ਪੁਲਿਸ ਦੀ, ਸਭ ਤੋਂ ਵੱਡੀ ਨਲੈਕੀ ਆ ਪ੍ਰਸ਼ਾਸਨ ਦੀ, ਅਤੇ ਸਭ ਤੋਂ ਵੱਡੀ ਨਲੈਕੀ ਆ ਪੰਜਾਬ ਦੀ, ਕਿਉਂਕਿ ਸਰਕਾਰਾਂ 'ਤੇ ਹੁੰਦਾ ਵੀ ਉਹ ਕਿਹੜੀ ਚੀਜ਼ ਨੂੰ ਬੜਾਵਾ ਦੇ, ਕਿਉਂਕਿ ਅੱਜ ਗੈਂਗਸਟਰ ਕਲਚਰ ਨਹੀਂ ਖਤਮ ਹੋ ਰਿਹਾ ਤਾਂ ਸਭ ਤੋਂ ਵੱਡਾ ਕਮਜ਼ੋਰੀ ਕਿਹਦੀ ਆ? ਪੰਜਾਬ ਸਰਕਾਰ ਦੀ। ਜੇ ਪੰਜਾਬ ਸਰਕਾਰ ਵਾਅਦਾ ਕਰਦੀ ਸੀ ਲੋਕਾਂ ਨੂੰ ਵੀ ਅਸੀਂ ਤੁਹਾਨੂੰ ਬੜਾ ਸੇਫ ਐਂਡ ਵਧੀਆ ਅਸੀਂ ਤੁਹਾਨੂੰ ਐਟਮੋਸਫੇਅਰ ਦੇਵਾਂਗੇ, ਹਰ ਬਿਜ਼ਨਸਮੈਨ ਨੂੰ ਦੇਵਾਂਗੇ, ਨੌਜਵਾਨ ਨੂੰ ਦੇਵਾਂਗੇ, ਕਿੱਥੇ ਵੀ ਅੱਜ ਕੱਲ੍ਹ ਹਰ ਫਰੰਟ 'ਤੇ ਫੇਲ ਆ ਸਰਕਾਰ। ਅੱਜ ਸਾਡਾ ਦੇਖੋ ਭਰਾ ਸਿੱਖਦਾ ਯਾਰ, ਠੀਕ ਹੈ ਨਾ, ਉਹਦੀਆਂ ਯਾਦਾਂ ਸਾਡੇ ਨਾਲ ਬੜੀਆਂ ਜੁੜੀਆਂ ਹੋਈਆਂ ਛੋਟੇ ਹੁੰਦੇ ਤੋਂ ਲੈ ਕੇ, ਕਿਉਂਕਿ ਮੈਨੂੰ ਪਤਾ ਅੱਜ ਤੋਂ ਜੇ ਮੈਂ ਪਿਛਲੇ 10-15 ਸਾਲਾਂ ਦੀ ਨਿਗਾਹ ਮਾਰਾਂ ਤਾਂ ਯਾਰ ਉਹਦੇ ਹਰ ਪਲ ਦੀਆਂ ਯਾਦਾਂ, ਕਿਉਂਕਿ ਜਦੋਂ ਅਸੀਂ ਚੰਡੀਗੜ੍ਹ ਹੁੰਦੇ ਸੀ ਸਾਡੇ ਮੇਰੇ MLA ਇਲੈਕਸ਼ਨ ਦੀ ਗੱਲ ਆ, ਹਰ ਇਲੈਕਸ਼ਨ ਜਿਹੜਾ ਅਕਾਲੀ ਦਲ ਦਾ ਹੁੰਦਾ ਸੀ ਉੱਥੇ ਤਗੜਾ ਹੋ ਕੇ ਲੜਦਾ ਸੀਗਾ। ਇਸ ਕਰਕੇ ਇਹੋ ਜਿਹੇ ਸੱਜਣ ਮਿੱਤਰ ਛੋਟੇ ਭਰਾ ਜ਼ਿੰਦਗੀ 'ਚ ਬੜੇ ਆਉਂਦੇ। ਜੇ ਤੁਸੀਂ ਐਕਸਪ੍ਰੈਸ ਐਂਟਰੀ ਦੇ ਵਿੱਚ ਜਾਂ PNP ਦੇ ਥਰੂ ਜਾਂ LMIA ਦੇ ਥਰੂ ਜਾਂ ਜੋਬ ਆਫਰ ਦੇ ਥਰੂ ਜਾ ਕੇ ਪੱਕੇ ਤੌਰ 'ਤੇ ਸੈਟਲ ਹੋਣਾ ਚਾਹੁੰਦੇ ਹੋ, ਜਾਂ ਤੁਸੀਂ ਸਟੂਡੈਂਟ ਵੀਜ਼ਾ 'ਤੇ ਕੈਨੇਡਾ ਜਾਂ ਆਸਟ੍ਰੇਲੀਆ ਸਕੋਲਰਸ਼ਿਪ ਦੇ ਨਾਲ ਘੱਟ ਫੀਸ 'ਤੇ ਤੁਹਾਡੇ ਐਜੂਕੇਸ਼ਨ 'ਚ ਗੈਪ ਹੈ ਅਤੇ ਤੁਸੀਂ ਪੜ੍ਹ ਕੇ ਜੇ ਸੈਟਲ ਹੋਣ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ, ਤੁਸੀਂ ਹੇਠ ਲਿਖੇ ਨੰਬਰਾਂ 'ਤੇ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ। ਹਰ ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, Facebook ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।